ਵੇਖੋ ਮਾਲਕ ਨੇ ਬਣਾਈ, ਕੋਈ ਕਿਸੇ ਨਾਲ ਪਿਆਰ ਵਧਾਏ ਕੋਈ ਕਰਾਏ ਲੜਾਈ। ਹਰ ਵੇਲੇ ਇਹਨੂੰ ਇਹੋ ਰਹਿੰਦਾ ਬੇਕਾਰੀ ਵਿੱਚ ਜਾਵਾਂ, ਹੱਸਦੇ ਵੱਸਦੇ ਵਿੱਚ ਕਰਾਂਗੇ ਕੋਈ ਪਵਾੜਾ ਪਾਵਾਂ। ਚਿੱਤਰੋ ਚਿੱਤਰੀ ਕਰੇ ਜਾਣ ਸਰ ਐਸੀ ਉਂਗਲ ਲਾਈ, ਚਿੱਤਰੋ ਚਿੱਤਰੀ ਕਰੇ ਜਾਣ ਸਰ ਐਸੀ ਉਂਗਲ ਲਾਈ। ਝਾਫਾ ਲਾਇਆ ਮੇਰੇ ਮਗਰ ਕਦੋਂ ਲੱਥੂ ਮੇਰੇ ਮਗਰੋਂ? ਤੂੰ ਅਦਰੋਂ ਭਾਬੀ ਦੀ ਗੱਲ ਕਰਨਾ? ਹੋਰ ਕਿਹਦੀ ਗੱਲ ਕਰਨੀ ਸੀ? ਬਾਈ ਸਿਆ, ਉਹ ਤਾਂ ਮੈਂ ਤੈਨੂੰ ਖੇਡ ਨਾ ਲਿਆ ਕੇ ਦਿੱਤਾ ਵੀ ਸਾਰੀ ਉਮਰ ਤੂੰ ਬੁੜਾ ਨਾ ਹੋਵੇ। ਅੱਛਾ ਓ ਬਾਈ ਸਿਆ, ਉਹ ਤਾਂ ਸਾਰੇ ਪਿੰਡ ਦੀ ਰੌਣਕ ਆ, ਲੋਕੀ ਤਾਂ ਉਹਨੂੰ ਵੇਖਣ ਨੂੰ ਤਰਸਦੇ ਆ। ਉਹਨੂੰ ਕੋਈ ਮੱਥੇ ਨੀ ਲਾਉਂਦਾ, ਸਾਰੇ ਪਿੰਡ ਚ ਪਚਾਲ ਪਾਈ ਫਿਰਦੀ ਆ। ਜੇ ਉਹਨੂੰ ਕੋਈ ਬਾਹਰੋਂ ਨਾ ਕੰਜਰ ਮਿਲੇ ਮੇਰੇ ਨਾਲ ਸਿੰਘ ਫਸਾਉਂਦੀ ਆ। ਤੈਨੂੰ ਪਤਾ ਮੈਂ ਕਿੰਨਾ ਦੁਖੀ ਆ ਫਤੂਆ। ਨਾ ਬਾਈ ਸਿਆ, ਇਹ ਤਾਂ ਤੁਹਾਡੀਆਂ ਪੁਤਲੇ ਬਣੋ ਗੱਲਾਂ। ਅੱਛਾ ਅੱਛਾ ਅੱਛਾ, ਤੈਨੂੰ ਲੱਗਦੀਆਂ ਵਿੱਚੋਂ ਤਾਂ ਤੁਸੀਂ ਦੋਵੇਂ ਕਿਉਂ ਖਿੱਚਣੀ ਹੋ? ਓਏ ਬਾਈ ਸਿਆ, ਹਾਂ ਜੇ ਤੂੰ ਪੂਰਾ ਅਕਲ ਹੋਵੇ ਨਾ ਤੇਰੇ ਚ, ਤੇ ਤੂੰ ਮੇਰੇ ਪੈਰ ਧੋਦੋ ਕੇ ਪੀਆ ਕਰ। ਅੱਛਾ, ਮੈਂ ਤੈਨੂੰ ਛੜੇ ਮਲੰਗ ਨੂੰ ਆ ਪੁੱਤਾਂ ਵਾਲਾ ਬਣਾਦਾ। ਡੱਕਿਆ ਮੈਂ ਪੁੱਤ ਤੋਂ ਤੇ ਡੱਕਿਆ ਮੈਂ ਉਸ ਤੀਵੀ ਤੋਂ। ਗੱਲ ਸੁਣਾ ਫਤੂਆ, ਮੇਰਾ ਖੇੜਾ ਛੜਾ ਦਿਓ ਭਰਾਵਾ, ਮੈਂ ਬਹੁਤ ਦੁਖੀ ਹਾਂ। ਮੇਰੀ ਇੱਕ ਗੱਲ ਸੁਣ ਲਾ ਤੂੰ, ਮੈਂ ਖੂਹ ਛਾਲ ਮਾਰ ਕੇ ਮਰੂ ਕੰਜਰਾ, ਤੇਰੇ ਨਾਲ ਲੱਗੂ ਤੇਰੇ ਨਾਲ। ਤੂੰ ਮੇਰਾ ਯਾਰ ਨੀ, ਤੂੰ ਮੇਰਾ ਦੁਸ਼ਮਣ ਹੈ ਦੁਸ਼ਮਣ। ਤੂੰ ਮੇਰੇ ਨਾਲ ਦੁਸ਼ਮਣੀ ਕੱਢੀ ਆ ਕੋਈ ਪਿਛਲੇ ਜਨਮ ਦੀ। ਦੁਰ ਫਿਟੇ ਮੂੰਹ ਤੇਰਾ ਬੇਗੁਰੇ ਦਾ, ਜੇ ਮੈਂ ਤੇਰੇ ਨਾਲ ਦੁਸ਼ਮਣੀ ਕੱਢਣੀ ਹੁੰਦੀ ਤਾਂ 30 ਕਿੱਲੇ ਜ਼ਮੀਨ ਤੇ 6 ਫੁੱਟ ਲੰਮੀ ਜਨਾਨੀ, ਅੱਛਾ ਉਹ ਮੈਂ ਤੇਰੇ ਲੜ ਲਾਉਂਦਾ ਹੈ, ਆਪ ਨਾ ਸਾਂਭ ਲੈਂਦਾ। ਮੈਂ ਤਾਂ ਸੋਚਿਆ ਸੀ ਵੀ ਮੈਂ ਤਾਂ ਅਮਲੀ ਸ਼ਮਲੀ ਬੰਦਾ, ਤੇ ਕਿਉਂ ਨਾ ਆਪਦੇ ਬੇਲੀ ਦੇ ਹੀ ਕੰਮ ਸਾਰਦੀ ਹੈ, ਤੇ ਤੂੰ ਤੂੰ ਮੈਨੂੰ ਆਹ ਨਾਮ ਲੈ ਕੇ ਦੇ ਜਾਂਦਾ ਹੈ। ਓਏ ਫਤੂਆ, ਤੂੰ ਕਾਹਨੂੰ ਬੁਰਾ ਬਣਾ ਗਿਆ? ਤੈਨੂੰ ਕੀ ਪਤਾ ਮੈਂ ਕਿੰਨਾ ਕੌਖਾ, ਤੈਨੂੰ ਕੀ ਪਤਾ ਮੈਂ ਕਿੰਨਾ ਕੁ ਦੁਖੀ ਹੈ। ਇਹ ਦੁਖੀ ਹੋਏ ਤੋਂ ਗੱਲਾਂ ਨਿਕਲਦੀਆਂ, ਉਹ ਰੋਜ਼ ਲਾਂਬੇ ਲਿਆਉਂਦੀ ਆ ਰੋਜ਼। ਨਾ ਤੂੰ ਤੂੰ ਮੈਨੂੰ ਇੱਕ ਗੱਲ ਦੱਸ ਬਾਈ ਸਿਆ। ਹਾਂ ਦੱਸ। ਵੀ ਤੂੰ ਉਹਦੇ ਨਾਲ ਬੈਠ ਕੇ ਕਦੇ ਕੋਈ ਪਿਆਰ ਦੀਆਂ ਗੱਲਾਂ ਚਾਰ ਕੀਤੀ ਹੈ? ਕੀ ਕਰਾਂ, ਉਹ ਨਹੀਂ ਕਰਦੀ। ਉਹ ਕਰੂੰਗੀ, ਤੂੰ ਬਹਿ ਜਾ ਘਰ ਉਹਦੇ ਕੋਲੇ। ਫਿਰ ਤੂੰ ਉਹਨੂੰ ਕਦੇ ਕੋਈ ਸ਼ਹਿਰ ਲੈ ਕੇ ਗਿਆ?
ਕਦੇ ਰਿਓ ਦੀ ਰਿਸ਼ਤੇਦਾਰੀ ਚ ਤੁਹਾਨੂੰ ਲੈ ਕੇ ਗਿਆ? ਤੂੰ ਮੈਨੂੰ ਇਹ ਗੱਲਾਂ ਦੱਸ ਪਹਿਲਾਂ। ਖੈਰ ਫਤੂਆ, ਇਹ ਗੱਲਾਂ ਤਾਂ ਨੀ ਮੈਂ ਕੀਤੀਆਂ। ਐਵੇਂ ਕਹਿਣ ਨੂੰ ਕੀ ਕਹਿਣਾ ਹੈ ਤਾਂ ਤੂੰ ਪਿੱਛੇ ਕਮੜੀ, ਔਰ ਗੱਲਾਂ ਤੇਰੀਆਂ ਹੀ ਤੰਗ। ਕੀ ਹੋ ਗਿਆ ਬਾਈ ਸਿਆਂ? ਮੇਰਾ ਨਸ਼ਾ ਪੱਤਾ ਜਿਹਾ ਖਾ ਕੇ ਸਾਡੇ ਸਰੀਰ ਚੋਂ ਤੰਤ ਜਿਹਾ ਮੁੱਕ ਗਿਆ, ਪਰ ਸਾਡੀਆਂ ਗੱਲਾਂ ਚੋਂ ਤੰਤ ਨੀ ਮੁੱਕ ਸਕਦਾ। ਤੈਨੂੰ ਕੀ ਪਤਾ ਪੜੂਆ ਮੈਂ ਕਿੰਨਾ ਦੁਖੀ ਆ। ਹੁਣ ਮੇਰਾ ਪਾਣੀ ਦਾ ਟਾਈਮ, ਮੈਂ ਤੇਰੇ ਕੋਲ ਹੱਥ ਨੇ ਆਊ, ਤੈਨੂੰ ਫੇਰ ਦੱਸੂ ਸਾਰੇ ਦੁੱਖ। ਤੈਨੂੰ ਨੀ ਪਤਾ ਮੈਂ ਕਿੰਨਾ ਦੁਖੀ ਆ। ਚੰਗਾ ਚੰਗਾ। ਉਦੋਂ ਕਹਿੰਦਾ ਸੀ ਕਿ ਮੇਰਾ ਵਿਆਹ ਬਿਨਾਂ ਇੱਕ ਦਿਨ ਨਹੀਂ ਸਰਦਾ। ਇਸ ਕਮੀਲਦਾਰੀ ਚ ਤਾਂ ਵੱਡੇ ਵੱਡੇ ਸਾਧ ਹੋ ਗਏ, ਤੇ ਤੂੰ ਕਿਹੜੇ ਬਾਗ ਦੀ ਮੂਲੀ ਹੈ? ਇਸੇ ਲਈ ਤਾਂ ਯਾਰ ਹਰੀ ਇਸ ਨਰਕ ਚੋਂ ਬਚੇ ਰਹੇ ਆ। ਪਤਾ ਨੀ ਹੁਣ ਇੱਕ ਤਾਂ ਸਿਆਪਾ ਹੋ ਗਿਆ, ਪਤਾ ਨੀ ਲੱਗਦਾ ਵੀ ਕੀ ਹੈ ਕੀ ਵੀ। ਪੈਸੇ ਲਿਖਾ ਦੇ ਇੱਥੇ ਪੜ੍ਹ ਲੈ ਕਰੀ ਆ ਜਾ।
ਦੁੱਧ ਲੋ ਪਾਈ ਦੁੱਧ ਲੈ ਲੋ ਕਿੰਨਾ ਭਾਈ ਤੁਹਾਡੇ ਪੈਸੇ ਨੀ ਆਏ ਭਾਈ ਦੂਜਾ ਹੱਥ ਲੱਗ ਗਿਆ ਪਰੇਸ਼ਾਨ ਹੋ ਕੇ ਢਿੱਡਾ ਮਾਰਾ ਫਿਰਦਾ ਬੱਚਿਆਂ ਨੂੰ ਛੱਡ ਕੇ ਇਹਨੇ ਪੁੱਛਿਆ ਨੀ ਦੱਸੇ ਨੀ ਤੂੰ ਥੋੜਾ ਜਿਹਾ ਇਹਨੂੰ ਸਾਰਾ ਇਹਨੇ ਦੁੱਧ ਡਲਾਤਾ ਸਾਡਾ ਵੀ ਡੋਲਤਾ ਨੇ ਦੁੱਧ ਡਲਾ ਦਿੱਤਾ ਕਿਉਂ ਮੈਂ ਤੂੰ ਦੁੱਧ ਕਿਹੜਾ ਲੈਣਾ ਤੂੰ ਤੇਰਾ ਮੇਰਾ ਮੁੰਡਾ ਝੂਠ ਨੀ ਬੋਲਦਾ ਮੈਨੂੰ ਦੱਸ ਤੂੰ ਪਾਣੀ ਪਾਇਆ ਮੈਂ ਦੁੱਧ ਮੈਂ ਥਾਣੇ ਲੱਗ ਜਾਣੀ ਝਗੜਾ ਕੀ Please like and subscribe the channel. ਕਦੇ ਕਿਸੇ ਨਾਲ ਲੜਿਆ ਆ ਕਦੇ ਗੋਲੀਆਂ ਖੇਡਿਆ ਆ ਗੰਦੀ ਲਾਦ ਮੈਂ ਤੈਨੂੰ ਆਇਆ ਨਾ ਵੀ ਸੋਹਣਾ ਬਣ ਜਾ ਸੋਹਣਾ ਜੋ ਬਾਲਾ ਤੂੰ ਨਾ ਤੋੜਾ ਐ ਆਖਿਆ ਪੁੱਤ ਤੈਨੂੰ ਹੋਰ ਨੀ ਕੁਛ ਆਖਿਆ ਸ਼ਕਲ 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 ਪਾਤੀ ਰੱਬਾ ਰੱਬਾ ਮੇਰੇ ਕਿਉਂ ਪੱਥਰ ਪੱਲੇ ਪਾਤੇ ਖਬਰੇ ਕਦੋਂ ਮੇਰਾ ਖੇੜਾ ਛੁੱਟੂ ਤੇਰੇ ਘਰ ਨਿਆਣੀ ਤੇਰੇ ਘਰ ਨਿਆਣੀ ਖੈਰ ਨਾਜਰਾ ਤੂੰ ਵੀ ਜ਼ਮੀਨ ਨੂੰ ਰਿਸ਼ਤਾ ਲਿਆ ਵਾਕਿਆ ਸਹੀ ਗੱਲ ਹੈ ਸਿਆਣਿਆਂ ਨੇ ਆਖਿਆ ਰਿਸ਼ਤੇ ਤਾਂ ਜ਼ਮੀਨਾਂ ਨੂੰ ਹੁੰਦੇ ਹੈ ਰਿਸ਼ਤੇ ਤਾਂ ਜਾਇਦਾਦਾਂ ਨੂੰ ਹੁੰਦੇ ਹੈ ਰਿਸ਼ਤੇ ਕਿੱਲਿਆਂ ਨੂੰ ਹੁੰਦੇ ਆ ਨਾਜਰਾ ਬੰਦਿਆਂ ਬੁੜੀਆਂ ਨੂੰ ਕਿੱਥੇ ਰਿਸ਼ਤੇ ਹੁੰਦੇ ਆ
ਮੰਗਿਆ ਹਾਂ ਹਾਂ ਪਿਓਵਾ ਸਾਕ ਹਾਂ ਸਾਕ ਮੰਗਿਆ ਤੇਰੇ ਵਾਸਤੇ ਹਾਂ ਤੈਨੂੰ ਨਾ ਇਹ ਐਂ ਜੀ ਵਾਲੀ ਉਹ ਤੇਰੀ ਮਾਂ ਐ ਲਿਆਉਂਦੀ ਹੁੰਦੀ ਆ ਹਾਂ ਉਹ ਤੇਰੇ ਵਾਸਤੇ ਨਾ ਹਾਂ ਸਾਕ ਭਾਲਦਾ ਰੱਬ ਕੋਲੋਂ ਜਾ ਜਾ ਦਫਾ ਉਹ ਆਪਦੀ ਮਾਂ ਨੂੰ ਲਿਆ ਸੱਦ ਕੇ ਇਹ ਇਹ ਤੇਰੀ ਮਾਂ ਦੇ ਮੂੰਹ ਤੇ ਚੜਾਉਣਾ ਇਹ ਪੋਤੇ ਤੇਰੀ ਇਹ ਉਹ ਵੱਛੀ ਆਪਣੀ ਐ ਚੁੰਘਦੀ ਆ ਉਹ ਐ ਵਾਲੀ ਹਾਂ ਇਹ ਉਹਦੇ ਮੂੰਹ ਤੇ ਚੜਾਉਣਾ ਉਹ ਤੇਰੇ ਤੇ ਨਾ ਗੰਦੀਏ ਲਾਦੇ ਦਫਾ ਕਰ ਜਾ ਜਾ ਮੇਰਾ ਪੁੱਤ ਜਾ ਆਪਣੀ ਮਾਂ ਨੂੰ ਲਿਆ ਸੱਦ ਕੇ ਹਾਂ ਛੱਡ ਉਦੋਂ ਮਗਰੋਂ ਲਾਉਂਗੇ ਮੇਰੇ ਤੁਸੀਂ ਇਸੇ ਕਰਕੇ ਤੁਹਾਨੂੰ ਪਤਾ ਨੀ ਕਿ ਪਿੰਡ ਵਿਚ ਕੀ ਗੱਲ ਹੋ ਗਈ ਹੈ ਤੁਹਾਡੇ ਜਾਣ ਮਗਰੋਂ ਪਿੰਡ ਵਿਚ ਇੱਕ ਬਹੁਤ ਖਤਰਨਾਕ ਗੱਲ ਹੋ ਗਈ ਹੈ ਜੀ ਅਸੀਂ ਤੁਹਾਡੇ ਪੁੱਛੇ ਤੋਂ ਬਗੈਰ ਕੁਛ ਵੀ ਨੀ ਕੀਤਾ ਤੇ ਨਾ ਹੀ ਭਾਵ ਕੱਢੀ ਪਰ ਮੈਨੂੰ ਦੱਸੋ ਤਾਂ ਸਹੀ ਕੀ ਗੱਲ ਹੋ ਗਈ ਹੈ ਸਰਪੰਚ ਸਾਹਿਬ ਗੱਲ ਤਾਂ ਇਹ ਹੈ ਕਿ ਕੁਪਰਾ ਬੰਦਾ ਆਇਆ ਅਤੇ ਕਿਸੇ ਦਾ ਟੈਚੀ ਕੇਸ ਖੋ ਕੇ ਲਿਆਇਆ ਉਹਦੇ ਵਿੱਚ ਵੀ ਪਤਾ ਨਹੀਂ ਕੀ ਸੀ ਤਿਆਗ ਗਿਆ ਫਿਰ ਉਹਦੇ ਘਰੇ ਵੜ ਗਿਆ ਸਰਪੰਚ ਸਾਹਿਬ ਸਾਡੇ ਕੋਲ ਇੱਕ ਸਿਪਾਹੀ ਆਇਆ ਅਸੀਂ ਸਾਰੇ ਇਕੱਠੇ ਹੋ ਕੇ ਫਿਰ ਉਹਦੇ ਘਰ ਗਏ ਜਦੋਂ ਗਏ ਤਾਂ ਉਹ ਅੱਗੋਂ ਮੁੱਕਰ ਗਈ ਕਿ ਸਾਡੇ ਕੋਲ ਤਾਂ ਆਇਆ ਹੀ ਕੋਈ ਨਹੀਂ ਹੁਣ ਤੁਸੀਂ ਦੱਸੋ ਸਰਪੰਚ ਸਾਹਿਬ ਆਪਾਂ ਥਾਣੇ ਚੱਲੀਏ ਤਾਂ ਫਿਰ ਉਹਦੇ ਘਰ ਚੱਲੀਏ ਮੇਰੀ ਗੱਲ ਸੁਣੋ ਆਪਣੇ ਕੋਲ ਕੋਈ ਸਬੂਤ ਨਹੀਂ ਬੰਦਾ ਕੌਣ ਸੀ ਕਿੱਧਰੋਂ ਆਇਆ ਤੇ ਕਿੱਧਰ ਗਿਆ ਗੱਲ ਪੱਕੀ ਆ ਉਹ ਵੀ ਅੱਗੋਂ ਫਲਾਤੋ ਆ ਫਲਾਤੋ ਪਤਾ ਨਹੀਂ ਉਹਨੇ ਮੂੰਹੋਂ ਕੀ ਕੱਢਣਾ ਇਸੇ ਕਰਕੇ ਤਾਂ ਮੈਂ ਕਹਿੰਦਾ ਗੱਲ ਅੱਗੇ ਵਧਾਉਣ ਦਾ ਕੋਈ ਫਾਇਦਾ ਨਹੀਂ ਗੱਲ ਇੱਥੇ ਹੀ ਖਤਮ ਕਰ ਦਿਓ ਅੱਛਾ ਮੈਂ ਚੱਲਦਾ ਅਤਰੋ ਘਰੇ ਹੀ ਆ ਨੰਬਰਦਾਰ ਨੀ ਤੇ ਮੇਰਾ ਮਾੜਾ ਜਾ ਖੇਪੜ ਜਾ ਪਈਆਂ ਸੀ ਉੱਤੇ ਮੈਂ ਪੁੱਛਦੀ ਪੁੱਛਦੀ ਰਹਿ ਗਈ ਤੇ ਭੁੱਲ ਗਈ ਮੇਰੇ ਮਗਰੋਂ ਯਾਦ ਆਇਆ ਤੇ ਕੁੜੇ ਸੱਚ ਮੈਂ ਤਾਂ ਇੰਨੇ ਦਿਨਾਂ ਦੀ ਗੱਲ ਹੀ ਨੀ ਕਰੀ ਵੀ ਉਹ ਤੇਰੇ ਬੰਦੇ ਆ ਕੈਨੇਡਾ ਗਿਆ ਸੀ ਕੋਈ ਉਹਦੀ ਉੱਗ ਸੁੱਗ ਕੋਈ ਚਿੱਠੀ ਪੱਤਰ ਕੈਨੇਡਾ ਚ ਵਿਆਹ ਵੂ ਕਰਾ ਲਿਆ ਰਹਿ ਗਿਆ ਕਿ ਆਊਗਾ ਜੇ ਉਹਨੇ ਕਰਾ ਲਿਆ ਤਾਂ ਤੂੰ ਵੀ ਕੋਈ ਲੱਗ ਕੈਨੇਡਾ ਚ ਆਇਆ ਕੀ ਦੱਸਾਂ ਆਖੂ ਆ ਜਾ ਰੋਟੀ ਖਾਜੇ ਆ ਜਾ ਪਾਣੀ ਪੀਜੇ ਸੋਹਣਾ ਬਣ ਕੇ ਆ ਗਿਆ ਜਿਵੇਂ ਚੂਨੇ ਚ ਕਾਂ ਗੱਡਿਆ ਹੁੰਦਾ ਸੋਹਣਾ ਇਹ ਪੜ੍ਹਿਆ ਲਿਖਿਆ ਦੇ ਆਦੇ ਹੁੰਦੇ ਨਾ ਤੈਨੂੰ ਉਹ ਆਦਾ ਹੋਊਗਾ ਕੈਨੇਡਾ ਚ ਆਇਆ ਨਾ ਮੇਰੇ ਯਾਦ ਆਉਂਦਾ ਫਿਰਦਾ ਚਿੱਤ ਹਾਂ ਤੈਨੂੰ ਉਹ ਆਦਾ ਹੋਊਗਾ ਵੇਖੀ ਨੀ ਹੈਲੋ ਡਾਰਲਿੰਗ ਮਾੜੀ ਨੀ ਗੱਲ ਮਾੜੀ ਕਾਹਨੂੰ ਹੈ ਇਹ ਪੜ੍ਹੇ ਲਿਖੇ ਤਾਂ ਆਦੇ ਹੁੰਦੇ ਜਿਹਨੂੰ ਜ਼ਿਆਦਾ ਪਿਆਰ ਕਰਨ ਨਾ ਜਿਹਨੂੰ ਬੜਾ ਸੋਹਣਾ ਲੱਗੇ ਉਹਨੂੰ ਡਾਰਲਿੰਗ ਆਦੇ ਮੈਨੂੰ ਨਾ ਹੇਜੀਆਂ ਗੱਲਾਂ ਮੈਂ ਨੀ ਜਾਂਦੀ
ਕੈਨੇਡਾ ਚ ਕੁਛ ਨਹੀਂ ਗਾ ਕੰਮ, ਆਪਣਾ ਪੰਜਾਬ ਆ ਜਿਹੜਾ ਇਹੀ ਕੈਨੇਡਾ, ਕੀ ਚੀਜ਼ ਨਹੀਂ ਗੀ ਪੈ। ਆਹੋ ਐ ਤਾਂ ਹੁਣ ਵੇਖ, ਹੁਣ ਘਰਾਂ ਦੇ ਵਿੱਚ ਟੈਲੀਫੋਨ ਲੱਗੇ ਹੋਏ ਨੇ, ਟੈਲੀਵਿਜ਼ਨ ਲੱਗੇ ਹੋਏ ਨੇ, ਗੱਡੀਆਂ ਕਾਰਾਂ, ਤੇ ਪੰਜਾਬ ਵਰਗਾ ਤਾਂ ਸਾਰੀ ਦੁਨੀਆ ਦੇ ਉੱਤੇ ਨਹੀਂ ਐਡਾ ਸੋਹਣਾ ਬਣਿਆ ਹੋਇਆ ਹੁਣ ਤਾਂ ਵੇਖ। ਕਹਿੰਦਾ ਮੈਂ ਤਾਂ ਆ ਨੀ ਵੀ ਨਾਲ ਵਗ ਜੀ ਤੇ ਦੁਨੀਆ ਫੇਰ ਵੀ ਉੱਧਰ ਨੂੰ ਉੱਜੜਦੇ ਨੇ, ਜਾਂਦੇ ਨੇ ਬਾਹਰ ਨੂੰ ਪਤਾ ਨੀ ਕੀ ਭਾਲਦੇ ਬਾਕੀ ਨਾਲ। ਉੱਥੇ ਤਾਂ ਗੱਲਾਂ ਹੋਰ ਸਿੱਖ ਕੇ ਆ ਗਿਆ। ਕੀ ਕੁੜੇ ਮੈਨੂੰ ਦੱਸ ਦੀ ਕੋਈ, ਕੀ ਦੱਸਾਂ ਭੈਣੇ ਤੈਨੂੰ। ਹੋਰ ਗੱਲਾਂ ਤਾਂ ਮੈਂ ਗਈ ਅਤਰੋ ਭੁੱਲ, ਤੇ ਕੱਲ ਦੀ ਸੱਜਰੀ ਦੱਸਦੀ ਆ। ਅੱਛਾ, ਕੱਲ ਭੈਣੇ ਮੈਂ ਨਾ ਗੁਸਲਖਾਨੇ ਦੇ ਵਿੱਚ ਸਾਬਣ, ਤੇਲ, ਤੌਲੀਆ ਸਾਰਾ ਕੁਝ ਰੱਖਿਆ ਈ ਅਤਰੋ। ਅੱਛਾ, ਤੇ ਉਹ ਨੀ ਆ ਚੱਪਲੀਆਂ ਭੁੱਲ ਗਿਆ, ਚੱਪਲੀਆਂ ਆਪਾਂ ਉਹਦੇ ਨਾ ਪੜੇ ਲਿਖੇ ਨਾ ਹੋਣ ਲੱਗੇ। ਤੇ ਭੈਣੇ ਉਹ ਜਦ ਕੋਨਾ ਤਾਂ ਜਾਗ ਗਿਆ ਨਾ ਪੱਛਾ, ਤੇ ਭੱਜਿਆ ਆਇਆ ਬਾਹਰ। ਜੀ ਮੈਂ ਦੱਸਦੀ ਆ ਨੀ ਤੈਨੂੰ। ਆਹੋ ਆਹੋ ਉਹ ਪਾਉਂਦੇ ਨੇ ਪੁੱਤ ਪਾਉਂਦੇ, ਹੁਣ ਤਾਂ ਬਾਜ਼ਾਰਾਂ ਚ ਵਿਕਦੇ ਨੇ ਆਪਣੇ ਵੀ, ਇੱਥੇ ਹੈਗੇ ਨੇ ਬਥੇਰੇ, ਉਹਦਾ ਵੱਲਾ ਹੀ ਨਾ ਇਹ ਪੜ੍ਹੇ ਲਿਖੇ ਜੇ ਪਾ ਲੈਂਦੇ। ਹਾਂ ਮੇਰੇ ਯਾਦ ਆ ਗਿਆ, ਉਹ ਹੋਊਗਾ ਤੇ ਪਾਇਆ ਵਿਆ ਲਿੰਡਰ ਵੀਰ ਨਾਲ ਵਗ ਜੇ ਤੂੰ, ਤੇ ਤੂੰ ਵੀ ਜਾ ਕੇ ਉੱਥੇ ਪਾ ਲੈ ਲਿੰਡਰ ਵੀਰ, ਫਿਰ ਜਿਵੇਂ ਤੰਦੂਰ ਚ ਕੁੱਤਾ ਫਸਿਆ ਹੁੰਦਾ। ਚੰਗਾ ਅਸਲੀ ਜਮੇ ਤਾਂ ਪੁੱਛਣਾ ਸੀ ਕੈਨੇਡਾ ਵਾਲੀ ਗੱਲ ਵੀ ਆ ਗਿਆ ਕਿ ਨਹੀਂ ਆ ਗਿਆ। ਚੰਗਾ ਤਾਂ ਦੱਸ, ਹੁਣ ਦੱਸ ਤੇਰੀ ਕੀ ਸੇਵਾ ਕਰਾਂ, ਮੇਰੀ ਸਹੇਲੀਆਂ ਇੰਨੇ ਦਿਨਾਂ ਤੋਂ ਆਈਆਂ, ਕੀ ਖਾਵੇਂ ਪੀਵੇਂਗੀ ਕੇ ਕੋਈ ਖਾਸ ਕੰਮ ਆਈ ਹੈ? ਮੈਂ ਖਾਸ ਕੰਮ ਹੀ ਆਈ ਆ ਤੇਰੋ। ਅੱਛਾ, ਉਹਨਾਂ ਨੂੰ ਮੈਂ ਫੇਰ ਜਾਣਾ ਹੈ ਤੇ ਐਂ ਕਰਕੇ ਵੀ ਆਪਾਂ ਇੱਕ ਮਾੜਾ ਮੋਟਾ ਕੋਈ ਘਰੇ ਸ਼ਗਨ ਵਿਹਾਰ ਮਨਾ ਲਈਏ। ਅੱਛਾ, ਆਹਦਾ ਜਿੰਨਾ ਚਿਰ ਤੇਰੋ ਨਹੀਂ ਨਾ ਆਉਂਦੀ, ਵੀ ਤੁਹਾਡਾ ਪ੍ਰੋਗਰਾਮ ਬੜਾ ਚੰਗਾ ਹੁੰਦਾ ਸੀ, ਮਗਲਾ 15 ਸਾਲ ਹੋ ਗਏ ਉਜੜੀਆਂ ਖੰਡਾਂ 'ਚ ਡੱਕੇ ਦਿੰਦਾ ਫਿਰ। ਹਾਂ ਅੱਛਾ, ਪਰ ਮੈਨੂੰ ਕਿੱਥੋਂ ਮਿਲੂਗੀ? ਤੇ ਸ਼ੁਕਰ ਹੈ ਤੁਸੀਂ ਆ ਗਈ। ਯਾਦ ਕਰ ਲਾ ਪਹਿਲਾਂ ਚੱਜ ਦਾ ਗੀਤ ਕਰ ਜਿਹੜਾ ਜਿਹੜਾ ਆਪਣੇ ਚੰਗਾ ਲੱਗੇ। ਕੀ ਸੀ ਉਹ ਛੋਟ ਬਾਲਾ ਚਿਰ ਹੋ ਗਿਆ ਗਾਉਂਦੀਆਂ ਸੀ, ਕਿਹਦੇ ਵਿਆਹ ਚ ਗਾ? ਬੋਲਾ ਗਾ ਕੇ ਦੇਖ ਪਹਿਲਾਂ ਜੇ ਬੋਲ ਰਹੇ ਸ਼ੁਕਰ ਖਾਨੀ ਵੇਖੀ ਆ ਗੀਤ ਦਾ ਮੂਹਰਤ ਮੇਰੇ ਘਰੇ ਹੋਣ ਨਾਲ ਮੇਰੇ ਪੁੱਤ ਦਾ ਵਿਆਹ ਹੋਵੇ ਤੇ ਮੈਨੂੰ ਖਾਨੀ ਗਾਉਣੀ ਪੈ ਜਾਣਗੇ। ਚੰਗਾ ਹੋ ਗਿਆ ਮੂਹਰਤ ਕਰ ਲਾਂਗੇ, ਕਰ ਲਈ ਸਾਧਲੀ ਨਾ ਨਾ ਬਥੇਰਾ ਕੁਛ ਕਰੂੰਗੀ ਮੈਂ ਤਾਂ। ਬੋਲਾ ਵਾਲਾ ਗੀਤ ਗਾਜਲ ਭਰ ਗਾ ਕੇ ਗੋਲਾ ਪਈਆਂ ਬੇੜੇ ਵਿੱਚ ਵੇ ਵਿੱਚ ਪੈੜਿਆ ਸੱਜਣਾ ਮਾਣੂ ਮੋਨਾਵੇ ਤੈਨੂੰ ਨਿਤੂਵੇ ਵਿੱਚ ਪੈੜਿਆ ਸੱਜਣਾ ਮਾਣਾ ਮੈਨੂੰ ਕਿਉਂ ਕਰਦਾ ਹੈ ਡਿੱਠੂ ਵੇ ਛੱਡ ਦੋ ਲੋਕੋ ਚੁਗਲੀਆਂ ਚੱਕ ਕੇ ਵੇਖ ਲਿਓ ਕੀ ਹੋਣਾ ਆਖਿਰਕਾਰ ਹਲਾਤੋਂ ਨੇ ਵੀ ਰੋਣਾ ਤੇ ਪਛਤਾਉਣਾ ਸਮਝੋ ਭਾਈ ਬੁਰੇ ਕੰਮ ਦਾ ਬੁਰਾ ਨਤੀਜਾ ਸੋਚੋ ਸਮਝੋ ਭਾਈ ਖਲਾਤੋ ਆਈ ਖਲਾਤੋ ਆਈ ਖਲਾਤੋ ਆਈ ਖਲਾਤੋ ਆਈ ਖਲਾਤੋ ਆਈ ਖਲਾਤੋ ਆਈ ਤਰ੍ਹਾਂ ਤਰ੍ਹਾਂ ਦੀ ਦੁਨੀਆ ਵੇਖੋ ਤਰ੍ਹਾਂ ਤਰ੍ਹਾਂ ਦੀ ਦੁਨੀਆ ਵੇਖੋ ਮਾਲਕ ਨੀ ਬਣਾਈ ਕੋਈ ਕਿਸੇ ਨਾਲ ਪਿਆਰ ਵਧਾਏ ਕੋਈ ਕਰਾਏ ਲੜਾਈ ਖਲਾਤੋ ਆਈ ਖਲਾਤੋ ਆਈ ਖਲਾਤੋ Please like and subscribe the channel. Please like and subscribe the channel.